पास लेटेस्ट इन्फॉर्मेशन के हिसाब से तकरीबन 2 लाख क्यूसेक पानी जो है वो अब छोड़ना चालू कर दिया है रोपड़ हेडवर्क से। तो जनरली इस पानी को पहुंचने में लुधियाना पहुंचने में करीब 5 से 6 घंटे लगते हैं। अभी इस समय तकरीबन 65,000 के आसपास पानी जो है वो चल रहा है। सिचुएशन जो है टोटली अंडर कंट्रोल है, कोई भी किसी भी तरह की पैनिक करने की ज़रूरत नहीं है, क्योंकि जैसे जैसे पानी बढ़ता जाएगा तो उसकी स्पिल ओवर जो होता है ऊपर जाके थोड़ा सा बढ़ जाता है, एरिया बढ़ जाता है, तो आराम से पानी निकल जाएगा। तो लेकिन एहतियात तौर पे अलर्ट जो है वो जारी कर दिया है, और सबको ये मैसेज है कि कोई भी बंदा बन के अंदर जो है, मतलब बन और दरिया के बीच का जो पोर्शन होता है उसको कवर ना करे, वहाँ पे ना जाए। कि आसपास लगते हुए विलेजेस हैं उन सारे विलेजेस में भी विलेजर्स को अलर्ट कर दिया गया है। प्लस जो हमारा सपोर्ट सिस्टम होता है, इवैक्यूएशन सेंटर्स वगैरह जो होते हैं वो भी तैयार करवा लिए हैं, और वहाँ पे जो भी सप्लाईज़ वगैरह करनी होती हैं हर एक डिपार्टमेंट की जो है ड्यूटी लगा दी गई। ਪਾਣੀ ਤਾਂ ਬਹੁਤ ਹੈ ਜੀ, ਕਹਿੰਦੇ ਹੋਰ ਆ ਰਿਹਾ 2 ਲੱਖ ਆ ਰਿਹਾ, ਤੇ ਫਿਰ ਤਾਂ ਬਰਸੀ ਬਹੁਤ ਜ਼ਿਆਦਾ ਹੋ ਰਹੀ ਹੈ, ਫਿਰ ਤਾਂ ਪਿੰਡਾਂ ਨੂੰ ਬਹੁਤ ਖਤਰਾ ਰਿਹਾ ਪਿਆ। ਸਾਰੇ ਡਰੇ ਹੋਏ, ਰਾਤ ਕੋ ਅਨਾਊਂਸਮੈਂਟ ਹੋਤੀ ਹੈ ਵੀ ਆਪ ਦਾ ਸੰਭਲ ਕੇ ਰਹੋ, ਸੰਭਲ ਕੇ ਰਹੋ, ਹੁਣ ਕਿਆ ਕਰੇਗੇ। ਹਾਂ ਖੇਤਾਂ ਮੈਂ ਆਇਆ, ਪਾਣੀ ਦੇਖੋ ਆ ਸਾਰਾ ਉੱਪਰ ਚੜਿਆ ਖੇਤਾਂ ਨੇ, ਫਿਰ ਤਾਂ ਬਹੁਤ ਖਤਰਾ ਹੋ ਜਾਏਗਾ। ਹਮਾਰੇ ਗਾਮ ਮੇਂ ਤਾਂ ਬਹੁਤ ਜ਼ਿਆਦਾ ਖਤਰਾ ਹੋ ਜਾਏਗਾ, ਕੰਢੇ ਪਰ ਉੱਪਰ ਹੈ ਨਾ, ਕੋਈ ਇੰਤਜ਼ਾਮ ਨਹੀਂ ਕਿਸੇ ਕਾ ਵੀ। ਜਿਹੜਾ ਪਾਣੀ ਹੈਗਾ ਇਹ ਖੇਤਾਂ ਵੱਲ ਚਲਾ ਜਾਂਦਾ ਅਤੇ ਫਸਲ ਦਾ ਬਹੁਤ ਨੁਕਸਾਨ ਕਰਦਾ ਜੀ, ਇਹ ਘਰਾਂ 'ਚ ਵੀ ਚਲਾ ਜਾਂਦਾ ਜੀ, ਜਿਹੜਾ ਮਾੜਾ ਮੋਟਾ ਗੰਦ ਮੰਦਾ ਜੀ ਸਾਰਾ ਇੱਥੇ ਲੈ ਕੇ ਸੁੱਟ ਦਿੰਦੇ ਆ ਜੀ, ਅਤੇ ਜੇ ਇੱਕ ਅੱਧਾ ਮੀਂਹ ਕੱਲ੍ਹ ਰਾਤ ਵਾਂਗੂ ਹੋਰ ਪੈ ਗਿਆ ਜੀ, ਤਾਂ ਇਹ ਸਾਰਾ ਮਤਲਬ ਫਸਲ ਤਬਾਹ ਕਰ ਦੂਗਾ ਜੀ ਖੇਤਾਂ ਲਈ। ਹੈ ਘਰਾਂ 'ਚ, ਹਾਂ ਘਰਾਂ 'ਚ ਮਾੜਾ ਮੋਟਾ ਐਂ ਚਲਾ ਜਾਂਦਾ ਜੀ, ਪਰ ਇੰਨਾ ਨਹੀਂ ਜਾਂਦਾ ਹੈਗਾ ਵੀ ਜਾਣੀ ਕਿ ਖੇਤਾਂ ਨੂੰ ਫਸਲਾਂ ਨੂੰ ਬਹੁਤ ਨੁਕਸਾਨ ਕਰਦਾ ਜੀ। ਕੱਲ੍ਹ ਦੇ ਬਰਸਾਤ ਨੇ ਲੋਕਾਂ ਨੂੰ ਇੰਨਾ ਡਰਾ ਦਿੱਤਾ ਕਿ ਲੋਕਾਂ ਦੇ ਘਰਾਂ ਵਿੱਚ ਪਾਣੀ, ਸੜਕਾਂ ਪੂਰੀਆਂ ਬਲੋਕ 2-2 ਫੁੱਟ ਪਾਣੀ ਹੋ ਗਿਆ ਸੀ, ਅਤੇ ਜੇ ਆਉਣ ਵਾਲੇ ਸਮੇਂ ਵਿੱਚ ਬਰਸਾਤ ਹੋਰ ਹੁੰਦੀ ਆ ਤਾਂ ਇਹ ਨਾਲਾ ਬਿਲਕੁਲ ਗੰਦਾ ਵਾ, ਨਾ ਇਹਦੀ ਸਫਾਈ ਹੋ ਚੁੱਕੀ ਹੈ, ਇਹਨਾਂ ਕੋਲ ਮਸ਼ੀਨ ਪਈ ਆ ਪਰ ਉਹ ਮਸ਼ੀਨ ਨੂੰ ਜੰਗਾਲ ਲੱਗ ਰਿਹਾ ਉਸੀ ਬਾਰਿਸ਼ ਦੇ ਨਾਲ, ਤਾਂ ਪ੍ਰਸ਼ਾਸਨ ਨੂੰ ਚਾਹੀਦਾ ਕਿ ਉਸ ਮਸ਼ੀਨ ਨੂੰ ਚਲਾ ਕੇ ਇਸ ਨਾਲੇ ਨੂੰ ਬਣਾਇਆ ਜਾਵੇ ਕਿ ਆਉਣ ਵਾਲੇ ਸਮੇਂ ਵਿੱਚ ਲੋਕਾਂ ਦੀ ਸੇਫਟੀ ਲਈ ਕਦਾ ਨੋਟੀਫਿਕੇਸ਼ਨ ਕੱਢਿਆ ਜਾਵੇ, ਇਹਨੂੰ ਸਾਫ਼ ਕਰਕੇ ਅਤੇ ਯਕੀਨੀ ਵੀ ਬਣਾਇਆ ਜਾਵੇ। ਰਣਜੀਤ ਸਾਗਰ ਡੈਮ ਦਾ ਪਾਣੀ ਜੇ ਵੱਧਦਾ ਪਿਆ ਵਾ ਤਾਂ ਉਹ ਪਾਣੀ ਕਿਸੇ ਨਾ ਕਿਸੇ ਤਰੀਕੇ ਇਹਨਾਂ ਪਿੰਡਾਂ ਦੇ ਰਸਤੇ ਹੋ ਕੇ ਇਸ ਅਸਲੀ ਨਾਲੇ ਵਿੱਚ ਆਉਂਦਾ ਅਤੇ ਇਹਦੀ ਸਫਾਈ ਹੋਣੀ ਹੋਵੇ, ਕਿਉਂਕਿ ਜਦੋਂ ਐਸਾ ਹਾਲਾਤ ਇਸ ਨਾਲੇ ਦੇ ਦੇਖਣਗੇ ਤਾਂ ਲੋਕਾਂ ਦੇ ਮਨ 'ਚ ਆਪਣੇ ਆਪ ਡਰ ਜਾਏਗਾ। ਦੇਖੋ ਜੀ, ਡਰ ਤਾਂ ਹੈ ਹੀ ਹੈ, ਜਿੱਦਾਂ ਅਨੰਦਪੁਰ ਸਾਹਿਬ ਆਈ ਬਾੜ, ਕਹਿੰਦੇ ਆ ਭਾਖੜਾ ਦਾ ਡੈਮ ਦਾ ਪਾਣੀ ਫਲੋ ਕੀਤਾ ਗਿਆ ਜਾਂ ਛੱਡਿਆ ਗਿਆ, ਜੇਕਰ ਹੋਰ ਕਿਸੇ ਰਣਜੀਤ ਸਾਗਰ ਡੈਮ ਦਾ ਵੀ ਛੱਡ ਦਿੰਦੇ ਆ, ਅਤੇ ਖਾਸ ਕਰ ਅਸੀਂ ਬਟਾਲੇ ਨੂੰ ਵੇਖਦੇ ਹਾਂ, ਬਟਾਲੇ ਦੀ ਤਾਂ ਸਫਾਈ ਦੀ ਹਾਲਤ ਬਹੁਤ ਮਾੜੀ ਆ, ਤੁਸੀਂ ਹੱਸੜੀਏ ਵੇਖ ਲਓ ਕੀ ਆ ਵਾ, ਕੋਈ ਸਫਾਈ ਨਹੀਂ। ਇਹ ਚੇਤਾ ਉਦੋਂ ਆਉਣਾ ਜਦੋਂ ਪਾਣੀ ਛੱਡ ਦਿੱਤਾ ਤਾਂ ਸਫਾਈ ਕਰਨੀ। ਜਿਹੜੀ ਲਸਾੜਾ ਡਰੇਨ ਆ ਇਹ ਸਾਡਾ ਪਿੰਡ 3 ਕਿਲੋਮੀਟਰ ਤੱਕ ਫੈਲਿਆ ਹੋਇਆ NC 71 ਤੱਕ, ਜਦੋਂ ਇਹ ਜ਼ਿਆਦਾ ਮੀਂਹ ਪੈਂਦਾ ਗਾ ਤਾਂ ਸਾਡੇ ਪਿੰਡ ਦੀਆਂ ਜਿਹੜੀਆਂ ਜ਼ਮੀਨਾਂ ਨੇ, ਦੋਨੇ ਪਾਸੇ ਜ਼ਮੀਨਾਂ ਨੇ, ਦੋਨਾਂ 'ਚ ਓਵਰਫਲੋ ਹੋ ਜਾਂਦਾ ਜੀ, ਇਹ ਮਾਰ ਕਰਦਾ, ਸਾਡੇ ਖੇਤ ਤਬਾਹ ਹੋ ਜਾਂਦੇ ਨੇ ਅਤੇ ਬਹੁਤ ਗੰਦਗੀ ਹੈ ਜੀ, ਟਾਈਮ ਸਿਰ ਇਹਦੀ ਸਫਾਈ ਨਹੀਂ ਹੋ ਰਹੀ ਅਤੇ ਜਿਹੜਾ ਸ਼ਹਿਰ ਦਾ ਗੰਦਗੀ ਆ ਲੋਕ ਇੱਥੇ ਸੁੱਟਦੇ ਨੇ ਅਤੇ ਸਾਡਾ ਬਹੁਤ ਬੁਰਾ ਹਾਲ ਆ ਜੀ। ਇਹਦੀ ਉੱਦਾਂ ਸਫਾਈ ਹੋਈ ਹੈ ਡਰੇਨ ਵਿਭਾਗ ਵੱਲੋਂ? ਹਾਂ ਪਹਿਲਾਂ ਹੋਈ ਹੈ ਜੀ ਇੱਕ ਵਾਰ, ਪਰ ਇਹਦਾ ਕੋਈ ਹੱਲ ਨਹੀਂ ਜੀ, ਉਨੀ ਫਿਰ ਆ ਜਾਂਦੀ ਹੈ ਪਿੱਛੋਂ ਜੀ। ਕੀ ਆ ਰਿਹਾ ਪਿੱਛੋਂ? ਪਿੱਛੋਂ ਜਿਹੜੀ ਆ ਬੇਲ ਬੂਟੀ ਹੈ ਜੀ, ਇਹ ਬਹੁਤ ਜ਼ਿਆਦਾ ਆ ਰਹੀ ਹੈ ਜੀ ਪਿੱਛੋਂ।